ਬਹੁਤ ਹੀ ਸਤਿਕਾਰਯੋਗ ਦੋਸਤੋ, ਪੁਸਤਕ ਸਮੀਖਿਆ ਲੜੀ ਦੇ ਚੌਥੇ ਭਾਗ ਦੇ ਵਿੱਚ ਅੱਜ ਇੱਕ ਨਵੀਂ ਪੁਸਤਕ ਲੈ ਕੇ ਮੈਂ ਅੱਜ ਤੁਹਾਡੇ ਫਿਰ ਮੁਖਾਤਬ ਹਾਂ। ਅੱਜ ਜਿਹੜੀ ਪੁਸਤਕ ਦੇ ਦਰਸ਼ਨ ਆਪਾਂ ਕਰਾਂਗੇ ਔਰ ਜਿਸ ਦੀ ਸਮੀਖਿਆ ਕਰਾਂਗੇ, ਉਹ ਪੰਜਾਬ ਬਾਰੇ ਹੈ। ਪੰਜਾਬ ਦੀ ਸੰਸਕ੍ਰਿਤੀ ਸੱਭਿਆਚਾਰ ਦੇ ਦਰਸ਼ਨ ਕਰਾਉਣ ਬਾਰੇ ਹੈ ਔਰ ਪੰਜਾਬ ਲਗਭਗ 1847 ਤੋਂ ਲੈ ਕੇ 1947 ਔਰ 1947 ਤੋਂ ਬਾਅਦ ਜੋ ਪੰਜਾਬ ਦੇ ਵਿੱਚ ਵਾਪਰਿਆ, ਵੱਖ ਵੱਖ ਘਟਨਾਵਾਂ ਵਾਪਰੀਆਂ, ਉਹਨਾਂ ਸਾਰਿਆਂ ਦਾ ਬਿਰਤਾਂਤ ਇਸ ਪੁਸਤਕ ਦੇ ਵਿੱਚ ਦਿੱਤਾ ਹੈ ਔਰ ਇਹ ਪੁਸਤਕ ਇੱਕ ਗੀਤ ਨਾਟਕ ਦੇ ਰੂਪ ਦੇ ਵਿੱਚ ਲਿਖੀ ਹੋਈ ਹੈ। ਸੋ ਅੱਜ ਦੀ ਪੁਸਤਕ ਦਾ ਸਿਰਲੇਖ ਹੈ ਮੈਂ ਪੰਜਾਬ ਬੋਲਦਾ ਹਾਂ। ਮੈਂ ਪੰਜਾਬ ਬੋਲਦਾ ਹਾਂ ਡਾਕਟਰ ਨਿਰਮਲ ਚੌੜਾ, ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਡਾਇਰੈਕਟਰ ਯੁਵਕ ਭਲਾਈ ਵੀ ਨੇ ਔਰ ਇੱਕ ਲੰਬਾ ਸਮਾਂ ਲਗਭਗ 10 ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੀ ਡਾਇਰੈਕਟਰ ਭਲਾਈ, ਯੁਵਕ ਭਲਾਈ ਰਹੇ ਔਰ ਯੁਵਕਾਂ ਦੇ ਨਾਲ, ਪੰਜਾਬ ਦੇ ਯੁਵਕਾਂ ਦੇ ਨਾਲ, ਪੰਜਾਬ ਦੀ ਸੰਸਕ੍ਰਿਤੀ ਦੇ ਨਾਲ ਹਮੇਸ਼ਾ ਉਹਨਾਂ ਨੇ ਸਾਂਝ ਪਾ ਕੇ ਰੱਖੀ ਹੈ ਔਰ ਫਰੀਦਕੋਟ ਜ਼ਿਲ੍ਹੇ ਦੇ ਬਿਲਾਸਪੁਰ ਪਿੰਡ ਨੂੰ ਬਿਲੋਂਗ ਕਰਦੇ ਨੇ। ਉਹਨਾਂ ਦੀ ਇੱਕ ਬਹੁਤ ਖੂਬਸੂਰਤ ਪੁਸਤਕ ਮੈਂ ਬਿਲਾਸਪੁਰੋਂ ਬੋਲਦਾ ਹਾਂ ਵੀ ਤੁਸੀਂ ਪੜ੍ਹੀ ਹੋਵੇਗੀ। ਲੇਕਿਨ ਮੈਂ ਪੰਜਾਬ ਬੋਲਦਾ ਹਾਂ ਇੱਕ ਗੀਤ ਨਾਟਕ ਦੇ ਰੂਪ ਦੇ ਵਿੱਚ ਪ੍ਰਸਤੁਤ ਕੀਤੀ ਹੋਈ ਪੁਸਤਕ ਹੈ ਔਰ ਇਸ ਪੁਸਤਕ ਦੇ ਵਿੱਚ ਡਾਕਟਰ ਨਿਰਮਲ ਜੌੜਾ ਨੇ ਨਾਟਕੀ ਝਲਕਾਂ ਰਾਹੀਂ ਪੰਜਾਬ ਦਾ ਦਰਸ਼ਨ ਕਰਾਉਣ ਦਾ ਯਤਨ ਕੀਤਾ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਗੁਰੂਆਂ, ਪੀਰਾਂ, ਫਕੀਰਾਂ ਅਤੇ ਸੰਤਾਂ ਦੀ ਧਰਤੀ ਹੈ ਔਰ ਇਸ ਧਰਤੀ ਦੇ ਉੱਤੇ ਸਮੇਂ-ਸਮੇਂ 'ਤੇ ਬਹੁਤ ਸਾਰੇ ਹਨੇਰੀ, ਝੱਖੜ, ਸੈਲਾਬ ਆਏ। ਪੰਜਾਬ ਨੇ ਬਹੁਤ ਸਾਰੇ ਜ਼ੁਲਮਾਂ ਦਾ ਸਾਹਮਣਾ ਵੀ ਕੀਤਾ, ਚਾਹੇ ਉਹ ਮੁਗਲਾਂ ਦੇ ਜ਼ੁਲਮ ਸਨ, ਚਾਹੇ ਉਹ ਅੰਗਰੇਜ਼ਾਂ ਦੇ ਜ਼ੁਲਮ ਸਨ ਔਰ ਪੰਜਾਬ ਨੇ ਇਸ ਦੇ ਬਾਵਜੂਦ ਇੱਕ ਖੁਸ਼ਹਾਲੀ ਦੀ ਦਾਸਤਾਨ ਵੀ ਲਿਖ ਕੇ ਦਿਖਾਈ ਹੈ ਔਰ ਇਸ ਸਾਰੇ ਬਿਰਤਾਂਤ ਨੂੰ ਡਾਕਟਰ ਨਿਰਮਲ ਜੌੜਾ ਨੇ ਨਾਟਕੀ ਅੰਦਾਜ਼ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਹੈ ਮੈਂ ਪੰਜਾਬ ਬੋਲਦਾ ਹਾਂ ਦੇ ਵਿੱਚ। ਮੈਂ ਪੰਜਾਬ ਬੋਲਦਾ ਹਾਂ ਜੋ ਕਿ ਇੱਕ ਗੀਤ ਨਾਟਕ ਦੇ ਰੂਪ ਦੇ ਵਿੱਚ ਹੈ, ਇਸ ਨਾਟਕ ਦੇ ਪਾਤਰਾਂ ਨੂੰ ਵੀ ਡਾਕਟਰ ਨਿਰਮਲ ਜੌੜਾ ਨੇ ਪੰਜਾਬ ਨੂੰ ਖੁਦ ਬਣਾਇਆ। ਪੰਜਾਬ ਦੇ ਫਕੀਰਾਂ ਦੇ ਮੂੰਹੋਂ, ਪੰਜ ਪਿਆਰਿਆਂ ਦੇ ਰਾਹੀਂ, ਆਰੀਅਨ ਲੋਕਾਂ ਦੇ ਰਾਹੀਂ, ਸਿਕੰਦਰ ਦੀ ਪੰਜਾਬ ਦੇ ਵਿੱਚ ਆਮਦ ਔਰ ਪੋਰਸ ਦਾ ਉਸਨੂੰ ਬਹੁਤ ਹੀ ਸੁਚੇਤ ਤਰੀਕੇ ਦੇ ਨਾਲ ਵਾਪਸ ਭੇਜ ਦੇਣ ਦੀ ਕਹਾਣੀ, ਔਰੰਗਜ਼ੇਬ ਦੇ ਜ਼ੁਲਮ, ਉਹਨਾਂ ਦੇ ਸੈਨਾਨੀਆਂ ਦੇ ਜ਼ੁਲਮ ਔਰ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਮੁਗਲਾਂ ਦਾ ਜੱਲਾਦ ਦੇ ਰੂਪ ਦੇ ਵਿੱਚ ਕੰਮ ਕਰਨਾ ਔਰ ਔਰਤਾਂ ਬੱਚਿਆਂ ਦੇ ਉੱਤੇ ਜੋ ਜ਼ੁਲਮ ਹੋਏ, ਗੁਰੂਆਂ ਪੀਰਾਂ ਦਾ ਇਸ ਪੰਜਾਬ ਨੂੰ ਰੂਹਾਨੀਅਤ ਦੇ ਵਿੱਚ ਭਿਗੋ ਕੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਸਿਰਮੌਰ ਰੱਖਣ ਦਾ ਯਤਨ ਇਸ ਪੁਸਤਕ ਦੇ ਵਿੱਚ ਦਰਸਾਇਆ ਗਿਆ ਔਰ ਇਸ ਗੀਤ ਨਾਟਕ ਦੇ ਵਿੱਚ ਪੰਜਾਬ ਦੀ ਆਜ਼ਾਦੀ ਦੇ ਸੰਗਰਾਮ ਨੂੰ ਵੀ ਵੱਖ ਵੱਖ ਸ਼ਹੀਦਾਂ ਦੇ ਮੂੰਹੋਂ ਬਿਆਨ ਕੀਤਾ ਗਿਆ ਔਰ ਇਸੇ ਤਰ੍ਹਾਂ ਇਸ ਪੰਜਾਬ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਕਿਵੇਂ ਪੰਜਾਬ ਨੂੰ ਵੰਡਿਆ ਗਿਆ, ਪਹਿਲਾਂ 1947 ਵਿੱਚ, ਉਸ ਤੋਂ ਬਾਅਦ ਫਿਰ ਜਦੋਂ ਪੰਜਾਬ ਹਰਿਆਣਾ ਅਤੇ ਹਿਮਾਚਲ ਦੀ ਵੰਡ ਹੋਈ, ਫਿਰ ਪੰਜਾਬ ਨੂੰ ਕਿਵੇਂ ਸੱਪ ਸਿੰਧੂ ਪੰਜਾਬ ਜੋ ਕਿ 7 ਦਰਿਆਵਾਂ ਦੀ ਧਰਤੀ ਹੋਇਆ ਕਰਦੀ ਸੀ, ਬਾਅਦ ਵਿੱਚ ਇਹ 5 ਦਰਿਆਵਾਂ ਦੀ ਧਰਤੀ ਰਹਿ ਗਈ ਅਤੇ ਅੱਜ ਕੱਲ੍ਹ ਇਹ ਢਾਬ ਯਾਨੀ 2.5 ਦਰਿਆਵਾਂ ਦੀ ਧਰਤੀ ਬਣ ਕੇ ਰਹਿ ਗਈ ਹੈ। ਉਸ ਬਿਰਤਾਂਤ ਨੂੰ ਇਸ ਪੁਸਤਕ ਦੇ ਰਾਹੀਂ ਗੀਤ ਨਾਟਕ ਦੇ ਰੂਪ ਦੇ ਵਿੱਚ ਡਾਕਟਰ ਨਿਰਮਲ ਜੌੜਾ ਨੇ ਪੇਸ਼ ਕਰਨ ਦਾ ਬਹੁਤ ਹੀ ਖੂਬਸੂਰਤੀ ਦੇ ਨਾਲ ਯਤਨ ਕੀਤਾ ਔਰ ਇਸੇ ਤਰ੍ਹਾਂ ਇਸ ਗੀਤ ਨਾਟਕ ਦੇ ਵਿੱਚ ਜਿਹੜਾ ਵੱਖ ਵੱਖ ਦ੍ਰਿਸ਼ ਨੇ, ਲਗਭਗ 21 ਦ੍ਰਿਸ਼ ਇਸ ਨਾਟਕ ਦੇ ਗੀਤ ਨਾਟਕ ਦੇ ਰੂਪ ਦੇ ਵਿੱਚ ਡਾਕਟਰ ਨਿਰਮਲ ਜੌੜਾ ਨੇ ਪੇਸ਼ ਕੀਤੇ ਨੇ ਔਰ ਸਿਕੰਦਰ ਦੇ ਹਮਲੇ ਤੋਂ ਲੈ ਕੇ ਅੱਜ ਦੀ ਬੁਨਿਆਦੀ ਸਥਿਤੀ ਨੂੰ ਬਿਆਨ ਕੀਤਾ ਡਾਕਟਰ ਨਿਰਮਲ ਜੌੜਾ ਨੇ ਇਸ ਪੁਸਤਕ ਦੇ ਵਿੱਚ
ਆਜ਼ਾਦੀ ਤੋਂ ਲਗਭਗ 100 ਸਾਲ ਪਹਿਲਾਂ ਤੋਂ ਲੈ ਕੇ ਹੁਣ ਤੱਕ, ਯਾਨੀ 7 ਆਬਾਂ ਦੀ, ਸਭ ਸਿੰਧੂ ਪੰਜਾਬ ਤੋਂ ਲੈ ਕੇ ਪੰਜਾਬ ਅਤੇ ਹੁਣ 2.5 ਆਬ ਤੱਕ ਦੀ ਪੂਰੀ ਕਹਾਣੀ ਨੂੰ ਵੱਖ ਵੱਖ ਪਾਤਰਾਂ ਰਾਹੀਂ, ਗੀਤਾਂ ਰਾਹੀਂ ਵੱਖਰੇ ਵੱਖਰੇ ਅੰਦਾਜ਼ ਵਿੱਚ ਪੇਸ਼ ਕਰਨ ਦਾ ਬਹੁਤ ਹੀ ਗੰਭੀਰ ਯਤਨ ਮੈਂ ਸਮਝਦਾ ਡਾਕਟਰ ਨਿਰਮਲ ਚੌੜਾ ਨੇ ਇਸ ਪੁਸਤਕ ਦੇ ਵਿੱਚ ਕੀਤਾ। ਔਰ ਗੀਤ ਨਾਟਕ ਨੂੰ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ 21 ਵੱਖ ਵੱਖ ਭਾਗਾਂ ਵਿੱਚ ਭਾਵ ਦ੍ਰਿਸ਼ਾਂ ਵਿੱਚ ਪੇਸ਼ ਕੀਤਾ ਗਿਆ ਅਤੇ ਹਰ ਦ੍ਰਿਸ਼ ਇੱਕ ਦਿਲ ਖਿੱਚਵੀਂ ਤਸਵੀਰ ਸਾਡੇ ਸਾਹਮਣੇ ਪੇਸ਼ ਕਰਦਾ। ਗੀਤ ਨਾਟਕ ਦਾ ਆਰੰਭ ਲੋਕ ਸੰਗੀਤ ਦੀਆਂ ਧੁਨਾਂ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਦੀ ਤਸਵੀਰ ਪੇਸ਼ ਕਰਦਿਆਂ ਸ਼ੁਰੂ ਹੁੰਦੀ ਹੈ, ਔਰ ਜਿਸ ਵਿੱਚ ਪੰਜਾਬ ਦੇ ਅਮੀਰ ਵਿਰਸੇ ਅਤੇ ਵੀਰ ਗਾਥਾਵਾਂ ਇੱਕ ਫਕੀਰ ਦੇ ਮੂੰਹੋਂ ਬਿਆਨ ਕੀਤੀਆਂ ਗਈਆਂ ਹਨ। ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪੰਜਾਬ ਦੇ ਵੱਖ ਵੱਖ ਫਕੀਰਾਂ ਦੇ ਮੂੰਹੋਂ ਇਹ ਗੱਲ ਕਹਿਲਾਈ ਗਈ ਕਿ ਸੁਣੋ ਸਿਫਤਾਂ ਦੇਸ਼ ਪੰਜਾਬ ਦੀਆਂ। ਇੱਥੇ ਗੁਰੂਆਂ ਪੀਰ ਫਕੀਰਾਂ ਨੇ ਤੁਰਕੀ ਬਾਣੀ ਗਾਈ ਹੈ, ਯੋਧੇ ਸੂਰੇ ਵੀਰਾਂ ਨੇ ਜਿੱਥੇ ਜ਼ੁਲਮ ਨੂੰ ਟੱਕਰ ਲਾਈ ਹੈ, ਘਰ ਘਰ ਵਿੱਚ ਗੁਲਜ਼ਾਰਾਂ ਨੇ, ਇਹਦੇ ਖੇਤਾਂ ਵਿੱਚ ਬਹਾਰਾਂ ਨੇ, ਜ਼ਰੋ ਜ਼ਰ ਵਿੱਚੋਂ ਫੁੱਟਦੀਆਂ ਮਹਿਕਾਂ ਜਿਵੇਂ ਗੁਲਾਬ ਦੀਆਂ, ਸੁਣੋ ਸਿਫਤਾਂ ਪੰਜਾਬ ਦੀਆਂ। ਸੋ ਪੰਜਾਬ ਦੀ ਇੱਕ ਖੂਬਸੂਰਤ ਤਸਵੀਰ, ਰੂਹਾਨੀਅਤ ਦੀ ਤਸਵੀਰ ਜਿਹੜੀ ਹੈ ਉਹ ਸਾਡੇ ਸਾਹਮਣੇ ਡਾਕਟਰ ਨਿਰਮਲ ਚੌੜਾ ਨੇ ਪੇਸ਼ ਕੀਤੀ। ਔਰ ਨਾਟਕ ਦੇ ਪਹਿਲੇ ਦ੍ਰਿਸ਼ ਦੇ ਵਿੱਚ ਜਦੋਂ ਪੰਜਾਬ ਖੁਦ ਇੱਕ ਪਾਤਰ ਬਣ ਕੇ ਮੰਚ ਦੇ ਵਿੱਚ ਆਉਂਦਾ ਹੈ ਤਾਂ ਉਹ ਬੋਲਦਾ ਹੈ ਕਿ ਮੈਂ ਪੰਜਾਬ ਬੋਲਦਾ ਹਾਂ, ਗੌਰਵਮਈ ਇਤਿਹਾਸ ਹੈ ਮੇਰਾ, ਵਿਰਸਾ ਖਾਸੋ ਖਾਸ ਹੈ ਮੇਰਾ, ਦੁਨੀਆ ਵਿੱਚ ਪਹਿਚਾਣ ਹੈ ਵੱਖਰੀ, ਐਸਾ ਸੁੰਦਰ ਲਿਬਾਸ ਹੈ ਮੇਰਾ, ਮੋਦੀਆਂ ਮਹਿਕਾਂ ਜੱਗ ਵਿੱਚ ਫੈਲਣ ਜਦ ਬੂਹੇ ਖੋਲ੍ਹਦਾ ਹਾਂ, ਮੈਂ ਪੰਜਾਬ ਬੋਲਦਾ ਹਾਂ। ਸੋ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪੰਜਾਬ ਨੇ ਆਪਣੇ ਆਪ ਨੂੰ ਪਾਤਰ ਦੇ ਰੂਪ ਦੇ ਵਿੱਚ ਪਹਿਲੇ ਦ੍ਰਿਸ਼ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ। ਦੂਸਰੇ ਦ੍ਰਿਸ਼ ਵਿੱਚ ਨਾਟਕ ਦਾ ਜਿਹੜਾ ਮੁੱਖ ਪਾਤਰ ਪੰਜਾਬ ਹੀ ਹੈ, ਆਪਣੀ ਪਹਿਚਾਣ ਕਰਾਉਂਦਾ ਹੋਇਆ ਆਪਣੀ ਕਹਾਣੀ ਬਿਆਨ ਕਰਦਾ ਹੈ ਅਤੇ ਆਪਣੇ ਸਦੀਆਂ ਪੁਰਾਣੇ ਇਤਿਹਾਸ, ਜਿਸ ਵਿੱਚ ਖੁਸ਼ੀਆਂ ਵੀ ਹਨ, ਦੁੱਖ ਵੀ ਹਨ, ਦਰਦ ਵੀ ਹਨ, ਸਭ ਸਿੰਧੂ ਪੰਚਨਾਦ ਪੰਜ ਪਾਣੀ ਤੋਂ ਬਦਲਦਾ ਪੰਜਾਬ ਆਪ ਮੁਹਾਰੇ ਆਪਣੀ ਗਾਥਾ ਆਪ ਸੁਣਾਉਂਦਾ ਸਾਡੇ ਸਾਹਮਣੇ ਨਜ਼ਰ ਆਉਂਦਾ ਹੈ। ਸੋ ਜਿਹਦੇ ਵਿੱਚ ਉਹ ਲਿਖਦੇ ਹਨ, ਇਸ ਦ੍ਰਿਸ਼ ਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਉਹ ਲਿਖਦੇ ਹਨ ਕਿ ਸਦੀਆਂ ਪਹਿਲੇ ਆਏ ਆਰੀਆ ਧਰਤੀ ਨੂੰ ਜਦ ਵਾਹੁਣ ਲੱਗੇ, ਮਿਹਨਤ ਅਤੇ ਮੁਸ਼ੱਕਤ ਕਰਕੇ ਫਸਲਾਂ ਕਈ ਉਗਾਉਣ ਲੱਗੇ, ਧਰਤੀ ਨੱਚੇ ਅੰਬਰ ਗਾਏ, ਖੇਤ ਜਦੋਂ ਲਹਿਰਾਉਣ ਲੱਗੇ, ਮੇਰੇ ਖੇਤ ਜਦੋਂ ਲਹਿਰਾਉਣ ਲੱਗੇ। ਸੋ ਆਰੀਆ ਲੋਕਾਂ ਦਾ ਪੰਜਾਬ ਦੇ ਵਿੱਚ ਆਉਣਾ ਔਰ ਕਿਸ ਤਰ੍ਹਾਂ ਇੱਕ ਧਰਤੀ ਨੂੰ ਜ਼ਰਖੇਜ਼ ਬਣਾ ਦੇਣਾ, ਲਹਿਲਹਾ ਦੇਣਾ ਇਸ ਧਰਤੀ ਨੂੰ ਔਰ ਇੱਕ ਖੁਸ਼ਹਾਲ ਬਣਾ ਦੇਣਾ, ਇਹ ਕਹਾਣੀ ਇਸ ਪਾਤਰ ਦੇ ਰਾਹੀਂ ਮੂੰਹੋਂ ਬਿਆਨ ਕੀਤੀ ਗਈ ਹੈ। ਇਸੇ ਤਰ੍ਹਾਂ ਪੰਜਾਬ ਆਪਣੇ ਆਪ ਨੂੰ ਇੰਟਰੋਡਿਊਸ ਕਰਦਿਆਂ ਹੋਇਆ ਕਹਿੰਦਾ ਹੈ ਕਿ ਮੈਨੂੰ ਲੋਕ ਪੰਜਾਬ ਨੇ ਕਹਿੰਦੇ, ਖਿੜਿਆ ਫੁੱਲ ਗੁਲਾਬ ਨੇ ਕਹਿੰਦੇ, ਬੇਰੀ ਅਜਬ ਕਹਾਣੀ ਹੈ, ਸਦੀਆਂ ਕਈ ਪੁਰਾਣੀ ਹੈ, ਖੁਸ਼ੀਆਂ ਖੇੜੇ ਬਹੁਤ ਹੰਡਾਏ, ਸੀਨੇ ਵਿੱਚ ਕਈ ਦਰਦ ਛੁਪਾਏ, ਸੁਣੋ ਬੈਠ ਕੇ ਤੁਹਾਡੇ ਸਾਹਵੇਂ, ਦੁੱਖ ਸੁੱਖ ਆਪਣਾ ਫੋਲਦਾ ਹਾਂ, ਮੈਂ ਪੰਜਾਬ ਬੋਲਦਾ ਹਾਂ। ਸੋ ਇਸੇ ਦ੍ਰਿਸ਼ ਦੇ ਵਿੱਚ ਉਹਨਾਂ ਨੇ ਆਰੀਆ ਲੋਕਾਂ ਦੇ ਮੂੰਹੋਂ ਵੀ ਇਹ ਗੱਲਾਂ ਕਹਾਈਆਂ ਕਿ ਕਿਵੇਂ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਜ਼ਰਖੇਜ਼ ਬਣਾਇਆ। ਇਸੇ ਤਰ੍ਹਾਂ ਇਸ ਨਾਟਕ ਦੇ ਤੀਸਰੇ ਦ੍ਰਿਸ਼ ਵਿੱਚ ਪੰਜਾਬ ਇੱਕ ਦਰਿਆਵਾਂ ਦੀ ਧਰਤੀ ਦੇ ਤੌਰ 'ਤੇ ਪੇਸ਼ ਕੀਤੀ ਗਈ ਹੈ ਔਰ ਜਿਸ ਦੀ ਰਵਾਨਗੀ ਨੂੰ ਵਿੱਚ ਖੁਦ ਵਹਿੰਦਾ ਪੰਜਾਬ ਨਜ਼ਰ ਆਉਂਦਾ ਹੈ ਔਰ ਗੀਤ ਗਾਉਂਦਾ ਹੈ ਔਰ ਇਸ ਨੂੰ ਵੀ ਉਹ ਗੀਤ ਦੇ ਰੂਪ ਦੇ ਵਿੱਚ ਪੇਸ਼ ਕਰਦਾ ਹੋਇਆ ਕਹਿੰਦਾ ਹੈ ਕਿ ਦੁਨੀਆ ਵਿੱਚ ਪਹਿਚਾਣ ਹੈ ਮੇਰੀ, ਵਗਦੇ ਜੋ 5 ਆਬ ਨੇ ਇਹ, ਸਤਲੁਜ, ਜ਼ੇਲਮ ਅਤੇ ਬਿਆਸਾ, ਰਾਵੀ ਅਤੇ ਚਨਾਬ ਨੇ ਇਹ, ਗੀਤ ਹਵਾਵਾਂ ਗਾਉਂਦੀਆਂ ਇੱਥੇ, ਰੁੱਖ ਪਏ ਸਾਜ਼ ਵਜਾਉਂਦੇ, ਕਿਣ ਮਿਣ ਬੱਦਲ ਵਰਸਣ, ਧਰਤੀ ਦਾ ਮੁੱਖ ਧੋਂਦੇ, ਆਲ੍ਹਣਿਆਂ 'ਚੋਂ ਨਿਕਲ ਸਵੇਰੇ ਪੰਛੀ ਚਹਿ ਚਹਾਉਂਦੇ, ਪੌਣ ਭੁਲੇਖਾ ਜੰਨਤ ਦਾ, ਖਿੜ ਖਿੜ ਫੁੱਲ ਮੁਸਕਾਉਂਦੇ। ਸੋ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪੰਜਾਬ ਜੋ 5 ਦਰਿਆਵਾਂ ਦੀ ਧਰਤੀ ਹੈ
ਉਹਦੀ ਰਵਾਨਗੀ ਜਿਹੜੀ ਹੈ ਉਹ ਖੂਬਸੂਰਤ ਤਰੀਕੇ ਦੇ ਨਾਲ ਪੇਸ਼ ਕੀਤੀ। ਇਸ ਉਪਰੰਤ ਸਿਕੰਦਰ ਵੱਲੋਂ ਪੰਜਾਬ 'ਤੇ ਕੀਤੇ ਹਮਲੇ ਅਤੇ ਪੋਰਸ ਵੱਲੋਂ ਉਸ ਨਾਲ ਹੋਏ ਵਾਰਤਾਲਾਪ ਰਾਹੀਂ ਸਾਨੂੰ ਬਹੁਤ ਹੀ ਉਸਨੂੰ ਬਹੁਤ ਸਹਿਜਤਾ ਸਹਿਤ ਵਾਪਸ ਚਲੇ ਜਾਣ ਦੀ ਜਿਹੜੀ ਦਾਸਤਾਨ ਹੈ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਡਾਕਟਰ ਨਿਰਮਲ ਜੌੜਾ ਨੇ ਸਾਡੇ ਸਾਹਮਣੇ ਪੇਸ਼ ਕੀਤੀ ਹੈ ਇਸ ਗੀਤ ਨਾਟਕ ਦੇ ਵਿੱਚ। ਔਰ ਇਸ ਤੋਂ ਇਲਾਵਾ ਜੋ ਗੁਰੂ ਨਾਨਕ ਦੇਵ ਜੀ ਨੇ ਨਾਟਕ ਦੇ ਚੌਥੇ ਦ੍ਰਿਸ਼ ਦੇ ਵਿੱਚ ਨਾਟਕ ਦਾ ਪਾਤਰ ਪੰਜਾਬ ਆਪਣੇ ਉੱਤੇ ਹੋਏ ਹਮਲਿਆਂ ਲੁੱਟਾਂ ਖੋਹਾਂ ਦਾ ਜ਼ਿਕਰ ਕਰਦਾ ਹੈ ਜਿਸ ਵਿੱਚ ਬਾਬਰ ਅਕਬਰ ਔਰੰਗਜ਼ੇਬ ਅਤੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਕੀਤੇ ਗਏ ਜ਼ੁਲਮ ਅਤੇ ਅੱਤਿਆਚਾਰ ਦੀ ਕਹਾਣੀ ਬਿਆਨ ਕੀਤੀ ਹੈ। ਇਸੇ ਦ੍ਰਿਸ਼ ਵਿੱਚ ਪੰਜਾਬ ਵਿੱਚ ਰੂਹਾਨੀਅਤ ਅਤੇ ਅਧਿਆਤਮਵਾਦ ਦੇ ਪਸਾਰੇ ਨੂੰ ਪੰਜਾਬ ਵਿੱਚ ਪੱਸਰਦਾ ਹੋਇਆ ਵਿਖਾਇਆ ਗਿਆ ਹੈ। ਹਜ਼ਰਤ ਸ਼ੇਖ ਫਰੀਦ ਗੁਰੂ ਨਾਨਕ ਦੇ ਫਲਸਫੇ ਨੂੰ ਬਿਆਨ ਕੀਤਾ ਗਿਆ ਹੈ ਔਰ ਪੰਨਾ ਨੰਬਰ 23 ਦੇ ਉੱਤੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਉਹਨਾਂ ਨੇ ਸ਼ੇਖ ਫਰੀਦ ਜੀ ਦੇ ਨੂੰ ਕੋਟ ਕਰਦਿਆਂ ਹੋਇਆ ਲਿਖਿਆ ਹੈ ਕਿ ਸ਼ੇਖ ਫਰੀਦ ਦੇ ਸ਼ਬਦਾਂ ਵਿੱਚੋਂ ਰਸ ਡੁੱਲਦਾ ਅੰਮ੍ਰਿਤ ਬਣ ਕੇ ਆ, ਨਾਨਕ ਦੀ ਬਾਣੀ ਵਿੱਚ ਪਰੋਏ ਹੱਕ ਸੱਚ ਦੇ ਮਣ ਕੇ ਆ। ਸੋ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ, ਗੁਰੂ ਹਰ ਰਾਏ ਜੀ, ਗੁਰੂ ਹਰਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਧਿਆਤਮਵਾਦ ਨੂੰ ਇਸ ਗੀਤ ਨਾਟਕ ਦੇ ਵਿੱਚ ਪੇਸ਼ ਕਰਨ ਦਾ ਯਤਨ ਡਾਕਟਰ ਨਿਰਮਲ ਜੌੜਾ ਜੀ ਨੇ ਕੀਤਾ। ਔਰ ਇਸ ਗੀਤ ਨਾਟਕ ਦੇ ਪੰਜਵੇਂ ਦ੍ਰਿਸ਼ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਜੋ ਕਿ ਗੁੱਸੇ, ਹੰਕਾਰ ਅਤੇ ਬੇਬਸੀ ਨਾਲ ਭਰਿਆ ਹੋਇਆ ਸੀਗਾ, ਜੋ ਕਿ ਗੁਰੂ ਤੇਗ ਬਹਾਦਰ ਜੀ ਦੇ ਸਿਦਕ ਦੇ ਸਾਹਮਣੇ ਹਾਰ ਗਿਆ ਸੀ, ਔਰ ਕਿਸ ਤਰੀਕੇ ਦੇ ਨਾਲ ਔਰੰਗਜ਼ੇਬ ਅਤੇ ਉਸਦੇ ਸੈਨਾਪਤੀ ਦੀ ਗੀਤਕ ਵਾਰਤਾਲਾਪ ਇਸ ਦੀ ਸੰਪੂਰਨ ਕਹਾਣੀ ਬਿਆਨ ਕਰਦੀ ਹੈ, ਉਹ ਇਸ ਨਾਟਕ ਦੇ ਵਿੱਚ ਪੇਸ਼ ਕੀਤੀ ਗਈ ਹੈ। ਗੀਤ ਨਾਟਕ ਦੇ 6ਵੇਂ ਹਿੱਸੇ ਵਿੱਚ ਮੰਚ ਅਤੇ ਪਾਤਰ ਪੰਜਾਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਸਿੱਖ ਪੰਥ ਦੀ ਸਿਰਜਣਾ ਦੀ ਸਾਖੀ ਪੇਸ਼ ਕਰਦਾ ਹੈ ਅਤੇ ਪੰਜਾਂ ਪਿਆਰਿਆਂ ਦਇਆ ਰਾਮ, ਧਰਮਦਾਸ, ਹਿੰਮਤ ਰਾਏ, ਮੋਹਕਮ ਚੰਦ ਅਤੇ ਸਾਹਿਬ ਚੰਦ ਜੀ ਦਾ ਪੰਜ ਪਿਆਰੇ ਸੱਜਣ ਦੀ ਬਿਰਤਾਂਤ ਸੁਣਾਇਆ ਜਾਂਦਾ ਹੈ ਜੋ ਕਿ ਬਾ ਕਮਾਲ ਹੈ। ਔਰ ਇਸ ਪੁਸਤਕ ਦੇ ਪੰਨਾ ਨੰਬਰ 33 ਦੇ ਉੱਪਰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇੱਕ ਫਕੀਰ ਦੇ ਮੂੰਹੋਂ ਜਿਹੜੀ ਗੱਲ ਕਹਾਈ ਗਈ ਹੈ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕੇ ਹੋ ਸਦਾ ਸਦ ਸੰਗਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇਹ ਚੀਜ਼ ਜਿਹੜੀ ਹੈ ਫਕੀਰ ਦੇ ਮੂੰਹੋਂ ਕਹਾ ਕੇ ਖਾਲਸਾ ਦੀ ਜਿਹੜਾ ਰੂਪ ਰੇਖਾ ਹੈ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਤਰ੍ਹਾਂ ਪੰਜ ਪਿਆਰੇ ਥਾਪ ਕੇ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ, ਉਹਦਾ ਮਹੱਤਤਾ ਕੀ ਸੀ, ਉਸ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਇਸ ਗੀਤ ਨਾਟਕ ਦੇ ਵਿੱਚ ਕੀਤੀ ਗਈ ਹੈ। ਇਸੇ ਤਰ੍ਹਾਂ ਪੰਜਾਬ ਦੇ ਮੂੰਹੋਂ ਉਹਨਾਂ ਨੇ ਕਹਾਇਆ ਫਕੀਰ ਤੁਕਾਂ ਉਚਾਰਦਾ ਹੋਇਆ ਜਾਂਦਾ ਔਰ ਪੰਜਾਬ ਜਦੋਂ ਨਾਟਕ ਦੇ ਮੰਚ 'ਤੇ ਪ੍ਰਵੇਸ਼ ਕਰਦਾ ਹੈ ਅਤੇ ਉਹ ਕਹਿੰਦਾ ਹੈ ਕਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ, ਪੰਥ ਸਾਜ ਕੇ ਸ਼ੇਰਾਂ ਦਾ ਗੋਬਿੰਦ ਕਿਹਾ ਵਿਚਾਰ, ਅੰਤ ਹੋਵੇ ਜਦ ਜ਼ੁਲਮ ਦੀ ਜਾਇਜ਼ ਉਦੋਂ ਤਲਵਾਰ। ਕਿ ਜਦੋਂ ਜ਼ੁਲਮ ਬਿਲਕੁਲ ਇੰਤਹਾ ਕਰ ਜਾਂਦਾ ਤਾਂ ਉਦੋਂ ਤਲਵਾਰ ਦਾ ਵਰਤੋਂ ਜਿਹੜੀ ਹੈ ਉਹ ਜਾਇਜ਼ ਹੁੰਦੀ ਹੈ। ਉਹ ਇਹ ਚੀਜ਼ਾਂ ਜਿਹੜੀਆਂ ਸਾਡੀ ਸੰਸਕ੍ਰਿਤੀ ਦਾ ਹਿੱਸਾ ਨੇ ਜਿਹਨੂੰ ਕਿ ਇਸ ਨਾਟਕ ਦੇ ਵਿੱਚ ਪੇਸ਼ ਕੀਤਾ ਗਿਆ। ਔਰ 7ਵੇਂ ਦ੍ਰਿਸ਼ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸਾਖੀ ਸੁਣਾਈ ਜਾਂਦੀ ਹੈ। 8ਵੇਂ ਦ੍ਰਿਸ਼ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦਾ ਬਿਤਾਂਤ ਸੁਣਾਇਆ ਜਾਂਦਾ ਹੈ ਜਿਸ ਵਿੱਚ ਸਮਾਜ ਦੇ ਵੱਖ ਵੱਖ ਅੰਗ ਆਪਸੀ ਗੱਲਬਾਤ ਰਾਹੀਂ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲਾਂ ਕਰਦੇ ਨੇ ਕਿ ਉਸ ਰਾਜ ਦੇ ਵਿੱਚ ਕਿੰਨਾ ਸੋਹਣਾ ਬਿਰਤਾਂਤ ਜਿਹੜਾ ਸੀ ਉਹ ਰਚਿਆ ਜਾਂਦਾ ਸੀ। ਹਰ ਵਿਅਕਤੀ ਖੁਸ਼ਹਾਲ ਸੀ, ਹਰੇਕ ਦੀ ਸਮੱਸਿਆ ਦਾ ਹੱਲ ਕੀਤਾ ਜਾਂਦਾ ਸੀ ਔਰ ਕੋਈ ਵਿਅਕਤੀ ਰਾਤ ਨੂੰ ਭੁੱਖਾ ਨਹੀਂ ਸੀ ਸੌਂਦਾ।
ਨੌਵੇਂ ਦ੍ਰਿਸ਼ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਭਿਆਨਕ ਅਤੇ ਦਰਦਨਾਕ ਅੰਤ ਦਾ ਵਿਆਖਿਆਨ ਵੀ ਬਹੁਤ ਬਾਖੂਬੀ ਤਰੀਕੇ ਦੇ ਨਾਲ ਡਾਕਟਰ ਨਿਰਮਲ ਜੌੜਾ ਨੇ ਇਸ ਗੀਤ ਨਾਟਕ ਦੇ ਰੂਪ ਦੇ ਵਿੱਚ ਕੀਤਾ। ਔਰ ਪੰਨਾ ਨੰਬਰ 43 ਦੇ ਉੱਪਰ ਉਹਨਾਂ ਨੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਲਿਖਿਆ ਹੈ ਕਿ ਮਹਾਂਬਲੀ ਸੀ ਪੁੱਤ ਰਣਜੀਤ ਮੇਰਾ, ਨਹੀਂ ਉਹ ਹੌਂਸਲੇ ਫੌਜਾਂ ਦੇ ਹਰਨ ਦਿੱਤੇ, ਸਾਰੀ ਦੁਨੀਆ 'ਤੇ ਗੋਰਿਆਂ ਰਾਜ ਕੀਤਾ, ਮੇਰੀ ਭੌਏ 'ਤੇ ਕਦਮ ਨਹੀਂ ਧਰਨ ਦਿੱਤੇ, ਖਾਲਸਾ ਰਾਜ ਦੀ ਸ਼ਾਨ ਸੀ ਕਾਇਮ ਰੱਖੀ, ਨਹੀਂ ਉਹ ਪੈਰ ਫਿਰੰਗੀ ਦੇ ਵੜਨ ਦਿੱਤੇ। ਸੋ ਮਹਾਰਾਜਾ ਰਣਜੀਤ ਸਿੰਘ ਦੀ ਉਸ ਦਲੇਰੀ ਦਾ ਵਖਾਣ ਜਿਹੜਾ ਉਹ ਇਸ ਦੇ ਉੱਪਰ ਕੀਤਾ ਗਿਆ। ਇਸੇ ਤਰ੍ਹਾਂ ਦਸਵੇਂ ਦ੍ਰਿਸ਼ ਵਿੱਚ ਪੰਜਾਬੀਆਂ ਦਾ ਆਜ਼ਾਦੀ ਸੰਘਰਸ਼ ਵਿੱਚ ਯੋਗਦਾਨ ਦਰਸਾਇਆ ਗਿਆ ਹੈ, ਔਰ ਜਿਹਦੇ ਵਿੱਚ ਨਾਮਧਾਰੀਆਂ ਦਾ, ਗਦਰੀ ਬਾਬਿਆਂ ਦਾ, ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ, ਕਾਮਾਗਾਟਾ ਮਾਰੂ, ਜਲਿਆਂਵਾਲਾ ਬਾਗ ਦੇ ਸਾਕੇ ਦੀ ਕਹਾਣੀ ਜਿਹੜੀ ਹੈ ਉਹ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਛੋਟੇ ਜਿਹੇ ਦ੍ਰਿਸ਼ ਦੇ ਵਿੱਚ ਹੀ ਜੋ ਸਾਡੇ ਸਾਹਮਣੇ ਪੇਸ਼ ਕੀਤੀ ਗਈ ਹੈ। ਇਸੇ ਤਰ੍ਹਾਂ 11ਵੇਂ ਦ੍ਰਿਸ਼ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਉਸ ਦੀ ਮਾਂ ਦਾ ਆਪਸ ਦੇ ਵਿੱਚ ਸੰਵਾਦ ਦਰਸਾਇਆ ਗਿਆ ਹੈ। 12ਵੇਂ ਦ੍ਰਿਸ਼ ਵਿੱਚ ਫਾਂਸੀ ਤੋਂ ਲੈ ਕੇ ਜਾਣ ਤੋਂ ਪਹਿਲਾਂ, ਫਾਂਸੀ ਦੇ ਦ੍ਰਿਸ਼ ਵਿੱਚ ਫਾਂਸੀ 'ਤੇ ਜਾਣ ਤੋਂ ਪਹਿਲਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਿੱਚ ਵਾਰਤਾਲਾਪ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪੇਸ਼ ਕੀਤਾ, ਔਰ ਜਿਹਦੇ ਨਾਲ ਦਰਸ਼ਕਾਂ ਦਾ ਜਿਹੜਾ ਉਹ ਮੋਹ ਜਿੱਤ ਲਿਆ ਡਾਕਟਰ ਨਿਰਮਲ ਜੌੜਾ ਨੇ। 13ਵੇਂ, 14ਵੇਂ ਅਤੇ 15ਵੇਂ ਦ੍ਰਿਸ਼ ਵਿੱਚ ਹਿੰਦ ਪਾਕ ਦੀ ਵੰਡ ਨੂੰ ਦਰਸਾਉਣ ਦਾ ਯਤਨ ਕੀਤਾ ਗਿਆ, ਜਿਸ 'ਤੇ ਪੰਜਾਬ ਦੁਖੀ ਹੈ। 16ਵੇਂ ਦ੍ਰਿਸ਼ ਵਿੱਚ ਹਿੰਦ ਪਾਕ ਦੀ ਨਫ਼ਰਤ ਅਤੇ ਲੜਾਈ ਦਾ ਜ਼ਿਕਰ ਕੀਤਾ ਗਿਆ। 17ਵੇਂ ਦ੍ਰਿਸ਼ ਵਿੱਚ ਪੰਜਾਬ ਫਿਰ ਲੀਹਾਂ 'ਤੇ ਆਉਂਦਾ ਅਤੇ ਦਰਸਾਇਆ ਗਿਆ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪੰਨਾ ਨੰਬਰ 72 ਦੇ ਉੱਤੇ, ਜਿੱਥੇ ਉਹਨਾਂ ਨੇ ਦਰਸਾਇਆ ਕਿ ਧਰਤੀ ਜਿਹੜੀ ਹੈ ਮੁੜ ਜਿਹੜੀਆਂ ਖੁਸ਼ਬੂਆਂ ਦੇਣ ਲੱਗ ਪਈ ਹੈ, ਧਰਤੀ ਨੂੰ ਖੁਸ਼ਬੂਆਂ ਦਿੱਤੀਆਂ, ਡੁੱਲ ਹੱਲ ਚਲਾਏ ਤਾਂ ਹੀ ਮੇਰਾ ਪੁੱਤਰ ਜਗ 'ਤੇ ਅੰਨਦਾਤਾ ਅਖਵਾਏ, ਹਰੀ ਕ੍ਰਾਂਤੀ ਦੇ ਵਿੱਚ ਆਉਂਦਾ ਮੂਹਰੇ ਮੇਰਾ ਨਾਵਾਂ, ਸੁਰਗਾਂ ਤੋਂ ਵੱਧ ਠੰਡੀਆਂ ਲੱਗਣ ਬੋੜਾਂ ਦੀਆਂ ਛਾਵਾਂ। ਸੋ ਇੰਨੀ ਖੂਬਸੂਰਤੀ ਦੇ ਨਾਲ ਕਾਵਕ ਰੂਪ ਦੇ ਵਿੱਚ ਡਾਕਟਰ ਜੌੜਾ ਨੇ ਇਸ ਬਿਰਤਾਂਤ ਨੂੰ ਸਾਡੇ ਸਾਹਮਣੇ ਰੱਖਿਆ। 18ਵੇਂ ਅਤੇ 19ਵੇਂ ਦ੍ਰਿਸ਼ ਵਿੱਚ ਪੰਜਾਬ ਫਿਰ ਅੱਤਵਾਦ ਅਤੇ 84 ਦੇ ਗੇੜੇ ਵਿੱਚੋਂ ਲੰਘਦਾ, ਔਰ ਉਸ ਨੂੰ ਵੀ ਇਹਨਾਂ ਨੇ ਪੰਜਾਬ ਦੇ ਦੁਖਾਂਤ ਨੂੰ ਸਾਡੇ ਸਾਹਮਣੇ ਪੇਸ਼ ਕੀਤਾ। ਕਿਉਂਕਿ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਸੀਗਾ ਕਿ ਪੰਜਾਬ ਜਿਹੜਾ ਉਹ ਉਹਨੇ ਬਹੁਤ ਸਾਰੀਆਂ ਹਨੇਰੀਆਂ ਚੱਕੜ ਝੁੱਲੇ ਨੇ, ਔਰ ਉਸਦੇ ਬਾਅਦ ਵੀ ਪੰਜਾਬ ਹਮੇਸ਼ਾ ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਿਹਾ ਅਤੇ ਜ਼ਿੰਦਾਬਾਦ ਰਹੇਗਾ। ਔਰ ਇਸ 19ਵੇਂ ਦ੍ਰਿਸ਼ ਵਿੱਚ ਉਹ ਦਰਸਾਉਂਦੇ ਨੇ ਕਿ ਮੈਨੂੰ ਖਾ ਲਿਆ ਜੱਗ ਦੀਆਂ ਨਜ਼ਰਾਂ ਨੇ, ਹੋ ਭੋਰਾ ਭੋਰਾ ਤੁਰਨ ਭੁਰਨ ਲੱਗਾ, ਨਿਤ ਮਰਦੇ ਵੇਖ ਕੇ ਪੁੱਤਰਾਂ ਨੂੰ ਮੇਰਾ ਮੈਂ ਅੰਦਰੋਂ ਅੰਦਰੀ ਖੁਰਨ ਲੱਗਾ, ਅੰਬਰਾਂ ਵਿੱਚੋਂ ਅੱਗ ਪਈ ਵਰਦੀ, ਧਰਤੀ ਜਲ ਜਲ ਮੋਈ, ਆਪੋ ਆਪਣੀ ਬੋਲੀ ਬੋਲਣ, ਮੇਰੀ ਵਿਲਕ ਸੁਣੇ ਨਾ ਕੋਈ, ਧਰਮ ਸਥਾਨਾਂ ਉੱਤੇ ਕਬਜ਼ਾ ਕਰ ਬੈਠਾ ਸ਼ੈਤਾਨ, ਆਪਣੇ ਘਰ ਵਿੱਚ ਬੇਘਰ ਹੋਇਆ ਬੇਬਸੀ ਭਗਵਾਨ, ਮੋਹ ਦੀ ਕਵਿਤਾ ਦੌੜ ਗਈ ਕਿਧਰੇ, ਖੁਦਕਸ਼ੀ ਕਰ ਲਈ ਗੀਤਾਂ, ਨਸਲ ਨਸ਼ੇ ਵਿੱਚ ਅੰਨੇ ਪੁੱਤਰ ਬਹਿ ਗਏ ਵੰਡ ਪ੍ਰੀਤਾਂ। ਸੋ ਇਸ ਦ੍ਰਿਸ਼ ਦੇ ਵਿੱਚ ਪੰਜਾਬ ਦੇ ਮੌਜੂਦਾ ਦੁਖਾਂਤ ਨੂੰ ਵੀ ਡਾਕਟਰ ਨਿਰਮਲ ਜੌੜਾ ਨੇ ਪੇਸ਼ ਕੀਤਾ। 20ਵੇਂ ਦ੍ਰਿਸ਼ ਵਿੱਚ ਰਾਜਨੀਤਿਕ ਅਖਾੜੇ ਵਿੱਚ ਬਿਰਤਾਂਤ ਦਰਸਾਇਆ ਗਿਆ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਮੁੜ ਪੰਜਾਬ ਨੂੰ ਸੰਬੋਧਿਤ ਹੋ ਕਹਿੰਦੇ ਨੇ, ਔਰ ਪੰਨਾ ਨੰਬਰ 93 ਦੇ ਉੱਤੇ ਜਿਹੜੀ ਖੂਬਸੂਰਤ ਗੀਤ ਜਿਹੜਾ ਉਹਨਾਂ ਨੇ ਲਿਖਿਆ, ਜਿਹਦੇ ਵਿੱਚ ਉਹਨਾਂ ਨੇ ਇਸ ਸੰਵਾਦ ਰਾਹੀਂ ਸਾਡੇ ਸਾਹਮਣੇ ਇਹ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਅਸੀਂ ਕਿਹੜੇ ਰਾਹਾਂ ਦੇ ਵਿੱਚ ਚੁਲ ਗਏ ਹਾਂ। ਔਰ ਪੰਜਾਬ ਆ ਕੇ ਕਹਿੰਦਾ ਕਿ ਆ ਜਾਵੇ ਕਿਤੋਂ ਬਾਬਾ ਨਾਨਕ, ਗੋਬਿੰਦ ਦੀ ਸ਼ਮਸ਼ੀਰ ਹੋਵੇ, ਊਧਮ ਭਗਤ ਸਰਾਭਾ ਹੋਵਣ, ਖੂਬ ਮੇਰੀ ਤਹਿਰੀਰ ਹੋਵੇ, ਇਹਨਾਂ ਦੇਸੀ ਫਰੰਗੀਆਂ ਤੋਂ ਮੈਂ ਫੇਰ ਆਜ਼ਾਦੀ ਚਾਹਵਾਂ, ਸੋਹਣ ਸੁਨਹਿਰੇ ਭਵਿੱਖ ਦੀਆਂ ਰੱਬ ਨੂੰ ਕਰਾਂ ਦੁਆਵਾਂ। ਸੋ ਅੱਜ ਦੇ ਜਿਹੜੇ ਸਾਡੇ ਹੁਕਮਰਾਨ ਨੇ ਉਹਨਾਂ ਨੂੰ ਵੀ ਇੱਕ ਦੇਸੀ ਫਰੰਗੀਆਂ ਦੇ ਨਾਮ ਦੇ ਨਾਲ ਸੰਬੋਧਨ ਕਰਕੇ ਡਾਕਟਰ ਨਿਰਮਲ ਜੌੜਾ ਨੇ
ਮੁਖਾਤਬ ਹੋ ਕੇ ਇਹ ਦੱਸਿਆ ਹੈ ਕਿ ਅੱਜ ਜੋ ਪਹਿਲਾਂ ਜੋ ਜਿਸ ਸੁਪਨੇ ਦੇ ਨਾਲ ਅਸੀਂ ਆਜ਼ਾਦੀ ਲਈ ਸੀ, ਸ਼ਾਇਦ ਉਹ ਆਜ਼ਾਦੀ ਹਜੇ ਵੀ ਸਾਨੂੰ ਪ੍ਰਾਪਤ ਨਹੀਂ ਹੋਈ ਹੈ। ਔਰ ਇਸ ਜੋ ਗੀਤ ਨਾਟਕ ਦਾ ਆਖਰੀ ਦ੍ਰਿਸ਼ ਹੈ ਕਾਫੀ ਮਾਰਮਿਕ ਹੈ, ਔਰ ਪੰਜਾਬ ਬੁਰਾਈਆਂ ਦੇ ਪੰਜਾਬ ਨੂੰ ਜਕੜ ਰੱਖਿਆ ਹੋਇਆ, ਔਰ ਇਸ ਚੀਜ਼ ਨੂੰ ਵੀ ਉਹਨਾਂ ਨੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਬਿਆਨ ਕੀਤਾ ਕਿ ਆਹ ਜੋ ਆਫਤਾਂ ਚੜ੍ਹ ਕੇ ਆਈਆਂ, ਤਨ ਮਨ ਮੇਰਾ ਦਵੇ ਦੁਹਾਈਆਂ, ਮੇਰੇ 'ਤੇ ਕੀ ਕਹਿਰ ਹੋ ਗਿਆ, ਪੱਤਾ ਪੱਤਾ ਜ਼ਹਿਰ ਹੋ ਗਿਆ, ਚੇਤੇ ਰੱਖਿਓ ਮੇਰੇ ਪੁੱਤਰੋ, ਗੁਰੂਆਂ ਨੇ ਜੋ ਦਿੱਤੀ ਮੱਤ, ਪਵਨ ਗੁਰੂ 'ਤੇ ਪਾਣੀ ਹੈ, ਪਿਤਾ ਹੈ ਪਾਣੀ, ਮਾਤਾ ਹੁੰਦੀ ਧਰਤ ਮਹੱਤ। ਅੱਜ ਫਿਰ ਉਹ ਪੰਜਾਬ ਦੇ ਨੌਜਵਾਨਾਂ ਨੂੰ ਮੁਖਾਤਬ ਹੋ ਕੇ ਕਹਿ ਰਿਹਾ, ਪੰਜਾਬ ਨੂੰ ਸੰਬੋਧਨ ਹੋ ਕੇ ਕਹਿ ਰਿਹਾ ਕਿ ਅੱਜ ਵੀ ਆਸ ਬਾਕੀ ਹੈ, ਆਓ ਮਿਲ ਕੇ ਪੰਜਾਬ ਨੂੰ ਫਿਰ ਤੋਂ ਸਾਜੀਏ, ਕਿਉਂਕਿ ਇਹ ਨਾ ਹੋਵੇ ਕਿ ਅਸੀਂ ਕਿਤੇ ਅਜਿਹੇ ਕੁਰਾਹੇ ਪੈ ਜਾਈਏ ਕਿ ਪੰਜਾਬ ਦੀਆਂ ਮਹਿਕਾਂ ਮੁੜ ਨਾ ਆ ਸਕਣ। ਔਰ ਉਹ ਅਖੀਰ 'ਤੇ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਹੋ ਕੇ ਇਹ ਲਿਖਦਾ ਹੈ ਕਿ ਤੇਰੀਆਂ ਮਹਿਕਾਂ ਨਾਲ ਤੁਰਦੀਆਂ ਜਿਸ ਮੰਜ਼ਿਲ ਵਿੱਚ ਜਾਈਏ, ਜਿੱਥੇ ਜਾਈਏ ਮਿਹਨਤ ਕਰੀਏ, ਤੇਰੇ ਪੁੱਤ ਖਵਾਈਏ, ਤੇਰੀ ਮਮਤਾ ਨਾਲ ਪਈ ਤੁਰਦੀ, ਪੈਰ ਜਿੱਧਰ ਨੂੰ ਧਰਦੇ ਹਾਂ, ਇਹ ਧਰਤੀ ਪੰਜਾਬ ਦੀ ਏ, ਤੈਨੂੰ ਅਸੀਂ ਸਲਾਮਾਂ ਕਰਦੇ ਹਾਂ। ਸੋ ਮੈਂ ਪੰਜਾਬ ਬੋਲਦਾ ਹਾਂ, ਇੱਕ ਐਸੀ ਪੁਸਤਕ ਸਾਡੇ ਸਾਹਮਣੇ ਡਾਕਟਰ ਜੌੜਾ ਨੇ ਪੇਸ਼ ਕੀਤੀ ਹੈ, ਜਿਹਦੇ ਵਿੱਚ ਪੰਜਾਬ ਦੀ ਮੂੰਹ ਬੋਲ ਦੀ ਤਸਵੀਰ ਦੀ ਪੇਸ਼ਕਾਰੀ ਕੀਤੀ ਗਈ ਹੈ। 100 ਪੰਨਿਆਂ ਦੀ ਇਹ ਗੀਤ ਨਾਟਕ ਪੁਸਤਕ ਪੰਜਾਬ ਦੇ ਅਮੀਰ ਵਿਰਸੇ ਨੂੰ ਗਾਗਰ ਵਿੱਚ ਸਾਗਰ ਭਰਨ ਦੀ ਗੱਲ ਕਰਦੀ ਹੈ ਅਤੇ ਆਪਣੇ ਅੰਦਾਜ਼ ਵਿੱਚ 1,00,000 ਪੰਨਿਆਂ ਦੀ ਕਿਤਾਬ ਬਣ ਜਾਂਦੀ ਹੈ, ਕਿਉਂਕਿ ਇਹ 100 ਪੰਨੇ ਸੋਚਾਂ ਦੇ ਰਾਹੀਂ ਸਾਨੂੰ ਬਹੁਤ ਲੰਬੇ ਸਫ਼ਰ 'ਤੇ ਲੈ ਜਾਂਦੀ ਹੈ। ਔਰ ਉਸ ਵਿਰਸੇ ਨੂੰ ਬਿਆਨ ਕਰਦੀ ਹੈ, ਉਸ ਮੁਹੱਬਤ ਨੂੰ ਬਿਆਨ ਕਰਦੀ ਹੈ, ਉਸ ਜ਼ੁਲਮ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਜੋ ਪੰਜਾਬ ਦੇ ਲੋਕਾਂ ਨੇ ਆਪਣੇ ਪਿੰਡੇ 'ਤੇ ਹੰਢਾਇਆ। ਪੰਜਾਬ ਆਸਵੰਦ ਹੈ ਆਪਣੇ ਅਮੀਰ ਵਿਰਸੇ ਤੋਂ, ਭਾਵੀ ਪੀੜ੍ਹੀ ਤੋਂ, ਭਾਵੇਂ ਉਹ ਪੰਜਾਬ ਵਿੱਚ ਵਸੇ ਜਾਂ ਨਾ ਵਸੇ, ਜਾਂ ਪੰਜਾਬ ਤੋਂ ਬਾਹਰ ਜਾ ਕੇ ਆਪਣੀ ਥਾਂ ਬਣਾਵੇ। ਇਸ ਦਾ ਹਿਰਦੇ ਵਿਸ਼ਾਲ ਹੈ ਅਤੇ ਆਉਣ ਵਾਲਾ ਸਮਾਂ ਸੁਨਹਿਰੀ ਹੋਵੇਗਾ, ਕਿਉਂਕਿ ਇਸ ਤਰ੍ਹਾਂ ਦੀਆਂ ਪੁਸਤਕਾਂ, ਮੈਂ ਪੰਜਾਬ ਬੋਲਦਾ ਹਾਂ ਵਰਗੀਆਂ ਪੁਸਤਕਾਂ, ਜੋ ਕਿ ਪੰਜਾਬ ਦੀ ਅਮੀਰ ਵਿਰਾਸਤ ਨੂੰ ਬਿਆਨ ਕਰਦੀਆਂ ਹੋਣ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਦਰਸਾਉਂਦੀਆਂ ਹੋਣ ਕਿ ਸਾਡਾ ਪੰਜਾਬ ਕੀ ਸੀ, ਸਪਤ ਸਿੰਧੂ ਤੋਂ ਲੈ ਕੇ ਢਾਬ ਬਣਨ ਦੀ ਕਹਾਣੀ ਬਿਆਨ ਕਰਦੀਆਂ ਹੋਣ, ਉੱਥੇ ਸਾਨੂੰ ਸੋਚਣਾ ਪਵੇਗਾ ਕਿ ਅਜਿਹੀਆਂ ਪੁਸਤਕਾਂ ਨੂੰ ਅਸੀਂ ਸਿਰਫ ਲਾਇਬ੍ਰੇਰੀਆਂ ਦੀਆਂ ਅਲਮਾਰੀਆਂ ਦਾ ਸ਼ਿੰਗਾਰ ਨਾ ਬਣਾਈਏ, ਆਪਣੇ ਵਿਦਿਆਰਥੀਆਂ ਤੱਕ ਲੈ ਕੇ ਜਾਈਏ। ਔਰ ਮੈਂ ਸਮਝਦਾ ਹਾਂ ਕਿ ਮੈਂ ਪੰਜਾਬ ਬੋਲਦਾ ਹਾਂ ਦਾ ਜਿਹੜਾ ਗੀਤ ਨਾਟਕ ਹੈ, ਇਸ ਦੇ ਉੱਪਰ ਪੰਜਾਬ ਸਰਕਾਰ ਨੂੰ ਵੀ ਵਿਚਾਰ ਕਰਨਾ ਚਾਹੀਦਾ ਹੈ, ਔਰ ਇਸ ਨਾਟਕ ਨੂੰ, ਗੀਤ ਨਾਟਕ ਨੂੰ ਹਰ ਕਲਾਸ, ਹਰ ਸਾਲ ਕਿਸੇ ਨਾ ਕਿਸੇ ਯੁਵਕ ਮੇਲੇ ਦੇ ਵਿੱਚ ਜਾਂ ਪੰਜਾਬ ਦੇ ਹਰ ਕਾਲਜ ਨੂੰ ਇਹ ਹਦਾਇਤ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਨਾਟਕ ਨੂੰ ਪੂਰਾ ਮੰਚਣ ਕਰਵਾ ਕੇ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਤਾਂ ਕਿ ਸਾਡੇ ਵਿਦਿਆਰਥੀ ਪੰਜਾਬ ਦੀ ਸੰਸਕ੍ਰਿਤੀ ਨਾਲ ਜੁੜ ਸਕਣ, ਪੰਜਾਬ ਦੇ ਅਮੀਰ ਵਿਰਸੇ ਨਾਲ ਜੁੜ ਸਕਣ, ਤਾਂ ਹੀ ਪੰਜਾਬ ਜਿਹੜਾ ਹੈ ਉਹ ਖੁਸ਼ਹਾਲ ਹੋਵੇਗਾ। ਨੱਚਦਾ ਗਾਉਂਦਾ ਪੰਜਾਬ ਤਾਂ ਹੀ ਸਾਬਤ ਹੋਵੇਗਾ, ਖੁਸ਼ਹਾਲ ਪੰਜਾਬ ਤਾਂ ਹੀ ਅਸੀਂ ਰੱਖ ਸਕਾਂਗੇ ਜੇ ਸਾਡੇ ਨੌਜਵਾਨ ਇਸ ਵਿਰਾਸਤ ਦੇ ਨਾਲ ਜੁੜਨਗੇ। ਮੈਂ ਡਾਕਟਰ ਨਿਰਮਲ ਜੌੜਾ ਦੀ ਇਸ ਕਿਤਾਬ ਦਾ ਕੋਈ ਆਲੋਚਨਾਤਮਕ ਪੱਖ ਤੋਂ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ। ਇੱਕ ਗੀਤ ਨਾਟਕ ਹੈ ਜਿਸ ਨੂੰ ਪੜ੍ਹਨਾ ਸ਼ਾਇਦ ਹਰ ਕਿਸੇ ਦਾ ਸ਼ੌਂਕ ਨਹੀਂ ਹੋ ਸਕਦਾ, ਅਸੀਂ ਕਹਾਣੀ ਪੜ੍ਹ ਕੇ ਖੁਸ਼ ਹੋ ਜਾਂਦੇ ਹਾਂ, ਲੇਕਿਨ ਜਦੋਂ ਕਿ ਨਾਟਕ ਗੀਤ ਦੇ ਰੂਪ ਦੇ ਵਿੱਚ ਲਿਖਿਆ ਜਾਂਦਾ, ਉਸ ਨੂੰ ਪੜ੍ਹਨ ਦਾ ਆਪਣਾ ਸਵਾਦ ਹੁੰਦਾ, ਆਪਣਾ ਆਨੰਦ ਹੁੰਦਾ। ਮੈਂ ਮੁਬਾਰਕਬਾਦ ਦਿੰਦਾ ਡਾਕਟਰ ਨਿਰਮਲ ਜੌੜਾ ਨੂੰ, ਬਹੁਤ ਸਮਾਂ ਪਹਿਲਾਂ ਉਹਨਾਂ ਨੇ ਮੈਨੂੰ ਇਹ ਕਿਤਾਬ ਦਿੱਤੀ ਸੀ, ਲੇਕਿਨ ਇਹ ਕਿਤਾਬ ਮੈਂ ਬਹੁਤ ਵਾਰ ਪੜ੍ਹੀ ਵੀ, ਲੇਕਿਨ ਅੱਜ ਮੈਨੂੰ ਲੱਗਿਆ ਕਿ ਇਸ ਕਲਮ ਤੋਂ, ਇਸ ਲਿਖੀ ਹੋਈ ਕਿਤਾਬ ਨੂੰ ਆਪਣੇ ਪਾਠਕਾਂ ਦੇ ਸੰਗ ਜ਼ਰੂਰ ਲੈ ਕੇ ਜਾਵਾਂ, ਤਾਂ ਕਿ ਮੇਰੀ ਨੌਜਵਾਨ ਪੀੜ੍ਹੀ, ਮੇਰਾ ਵਿਦਿਆਰਥੀ, ਮੇਰਾ ਅਧਿਆਪਕ
ਜੋ ਕਾਲਜਾਂ ਵਿੱਚ ਯੂਨੀਵਰਸਿਟੀਆਂ ਵਿੱਚ ਪੜ੍ਹਦਾ ਅਤੇ ਪੜ੍ਹਾਉਂਦਾ ਉਹ ਇਸ ਦੇ ਬਾਰੇ ਸੁਚੇਤ ਹੋ ਸਕਣ, ਇਸ ਦੇ ਗਿਆਨ ਤੋਂ ਨਾਲ ਸਾਂਝੇ ਕਰ ਸਕਣ ਔਰ ਪੰਜਾਬ ਫਿਰ ਮੁੜ ਜਿਹੜਾ ਰੰਗਲਾ ਪੰਜਾਬ ਬਣ ਸਕੇ। ਬਹੁਤ ਬਹੁਤ ਧੰਨਵਾਦ।